ਕੇ ਜੋਗੀ ਮੰਗਣੇ ਦੀ ਕਦੇ ਨਾ ਲੋੜ ਆਵੇ ਦਿਲ ਦੀਆਂ ਪੜ ਲੈਂਦੇ ਤੁਸੀਂ ਮੰਦਿਓ ਕਰ ਦਿੱਤੇ ਆ ਚੰਗੇ ਜਿਹੜੇ ਬੈਠੇ ਦਰਬਾਰ ਤੇਰੇ ਮੰਦਿਓ ਹੋਗਾ ਚੰਗੇ ਜੋ ਬੈਠੇ ਆ ਦਰਬਾਰ ਤੇਰੇ ਐਸੇ ਕਰਮ ਕਮਾਵੇ ਜੋ ਕਿ ਕੱਟੇ ਰੋਗ ਸਭਨਾ ਦੇ ਜੋ ਆ ਗਏ ਰੋਗੀ ਸਭਨਾ ਤੇ ਕਰਮ ਕਮਾਉਣਾ ਕਰਮ ਹੈ ਤੇਰਾ ਗੁੱਪਾ ਵਾਲਿਆ ਜੋਗੀ ਗੁੱਪਾ ਵਾਲਿਆ ਜੋਗੀ ਫਿਰ ਆਪਣਾ ਹਰ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਬਹੁਤ ਸੱਚੇ ਦਰਬਾਰ ਕੀ ਜੈ ਸਾਡੇ ਸੁੱਖਾਂ ਨੂੰ ਵਧਾਉਣ ਗੁੱਪਾ ਵਾਲੇ ਬਨੂਰ ਦੀ ਸਵਾਰੀ ਆ ਗਿਆ ਸਾਡੇ ਸੁੱਖਾਂ ਨੂੰ ਵਧਾਉਣ ਪੋਣਾਹਾਰੀ ਬਨੂਰ ਦੀ ਸਵਾਰੀ ਆ ਗਿਆ ਸਾਡੇ ਸੁੱਖਾਂ ਨੂੰ ਵਧਾਉਣ ਪੋਣਾਹਾਰੀ ਬਨੂਰ ਦੀ ਸਵਾਰੀ ਆ ਗਿਆ ਸਾਡੇ ਸੁੱਖਾਂ ਨੂੰ ਵਧਾਉਣ ਪੋਣਾਹਾਰੀ ਬਨੂਰ ਦੀ ਸਵਾਰੀ ਆ ਗਿਆ ਸਾਡੇ ਦੁੱਖਾਂ ਨੂੰ ਮਕਾਉਣ ਸੂਣਾ ਤਾਰੀ ਬਿਮਾਰ ਕੇ ਉਡਾਰੀ ਆ ਗਿਆ ਸਾਡੇ ਦੁੱਖਾਂ ਨੂੰ ਮਕਾਉਣ ਪੋਣਾਹਾਰੀ ਬਿਮਾਰ ਕੇ ਸਾਡੇ ਲੋਕਾਂ ਨੂੰ ਬਤਾਉਣ ਪੋਣਾ ਹਾਰੀ ਬਿਮਾਰ ਕੇ ਉਡਾਰੀ ਆ ਗਿਆ ਸਾਡੇ ਲੋਕਾਂ ਨੂੰ ਬਤਾਉਣ ਪੋਣਾ ਹਾਰੀ ਬਿਮਾਰ ਕੇ ਉਡਾਰੀ ਆ ਗਿਆ ਮਜਾ ਗਿਆ ਜੋ ਕਿ ਸਮਝ ਆ ਗਿਆ ਜੀਤੇ ਨੂੰ ਹੈ
है जोगी समझ आ गया, शान विच जीते नू है जोगी समझ आ गया, शान विच जीते नू है जोगी समझ आ गया, शान विच जीते नू है जोगी समझ आ गया। सिटी रोड दी बजारी रोटी पा गया वे, जे लोकां नू बतौण पौणा हारी, ते मोर दी सवारी आ गया, साडे सुखां नू बतौण पौणा हारी, ते मोर दी सवारी आ गया, साडे सुखां नू बतौण पौणा हारी, ते मोर दी सवारी आ गया। सच्चे दरबार की सेवादार इन्नी कमजोर है, देखी जाते बैठे मत करा करो भाई कर रहे वो सच्चे दरबार की जय। बाबा जी कहते जो बंदा दुनिया से आता अपने कर्म लेके आता, कर्म च अपने हर रोज थोड़े थोड़े करके खाई जाता, परमात्मा की रहमत आ मुड़ के जाने लिए की बना परमात्मा जान सकता। कई तो जो दिते खा के मुड़ जाते, कई कुछ बना के नाल लाने की कोशिश करते हैं, लैके जाने जो परमात्मा चाहे तो लैके जा सकते हैं, नहीं तो इतने वर्त कितों मुड़ जाना। मिट्टी बचा के मिट्टी होना पैंदा है, जिन्हें हाथ माला फल ले नाम ध्याना पैंदा है, बाबा जी ने कर्म बनाया लिख जीते दसना पैंदा है, जिन्हें नाम ते आ जा जोगी का कर्म अगे बढ़ जाता है मुक जाता है रोग रोगी का, ऐसे ही कर्म बना जोगी जिस थान से बैठा है खुशियां बख्शता है जोगी। पंजे वर्गे जसन कहते लखा तारे जोगी, पंजे वर्गे जसन कहते लखा तारे जोगी, ਪੰਜੇ ਵਰਗੇ ਜਸਨੂੰ ਕਹਿੰਦੇ ਲੱਖਾਂ ਤਾਰੇ ਜੋਗੀ। ਕਰਮ ਬਣਾ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ। ਮਿੱਟੀ ਬਣਾ ਕੇ ਸਵਿਆਂ ਦੀ ਸੇਵਾ ਬਾਬਾ ਜੀ ਤੋਂ ਕਰਵਾ ਲੈ, ਮਿੱਟੀ ਬਣਾ ਕੇ ਸਵਿਆਂ ਦੀ ਸੇਵਾ ਬਾਬਾ ਜੀ ਤੋਂ ਕਰਵਾ ਲੈ, ਮਿੱਟੀ ਬਣਾ ਕੇ ਸਵਿਆਂ ਦੀ ਸੇਵਾ ਜਪ ਕਰਵਾ ਲੈ, ਮਿੱਟੀ ਬਣਾ ਕੇ ਸਵਿਆਂ ਦੀ बाबा जी तो रोज दस दे कदे जीता मन जरूर ना दे हो गए, बाबा जी तो रोज दस दे कदे जीता मन जरूर ना दे हो गए, बाबा जी तो रोज दस दे कदे जीता मन जरूर ना दे हो गए, बाबा जी तो रोज दस दे कदे जीता मन जरूर ना दे हो गए, बाबा जी तो रोज दस दे।
सच्चे दरबार की जय।
ਸਮਝਣੀ ਤੇ ਤਰਜਾ ਕੋ ਜਲਦੀ ਪਿੰਡ
ਪਿੰਡ ਮੁਸਾਫਰ ਨੇ ਚੁੜੀ ਕੇ ਭਰ ਦਿਓ ਖੁਸ਼ੀਆਂ ਨਾਲ ਵੇੜਾ ਘਰ ਘਰ ਰੌਣਕ ਕਰਦਾ ਜੋ ਸੀ 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 ਸਭ ਦੇ ਰੋਗੇ ਕੱਟਦਾ 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 ਜੋ ਸੀ ਰੋਗੀ ਸੰਗਤਾਂ ਚ ਆ ਕੇ ਆਰੋਗੀ ਜੋਗੀ ਸੰਗਤਾਂ ਚ ਆ ਕੇ ਆਰੋਗੀ ਜੋਗੀ ਸੰਗਤਾਂ ਚ ਆ ਕੇ ਆਰੋਗੀ ਜੋਗੀ ਕਰਮ ਬਣਾ ਕੋਈ ਪਾਸੇ ਜੋਗੀ ਕਰਮ ਬਣਾ ਕੋਈ ਪਾਸੇ ਜੋਗੀ ਕਰਮ ਬਣਾ ਚੋਰੀ ਕਰਕੇ ਜੋਗੀ ਕਰਮ ਬਣਾ ਚੋਰੀ ਕਰਕੇ ਜੋਗੀ ਖਾਲੀ ਕਰ ਗਿਆ ਸਭ ਦੇ ਖਾਤੇ ਖਾਲੀ ਕਰ ਗਿਆ ਖਾਤੇ ਜੋਗੀ 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 ਜਨਮਾਂ ਦੇ ਹਲ ਕਰਦੀ ਚੌਂਕੀ ਜੋਗੀ ਜੀ ਮਿੱਠੇ ਮਹਿਲ ਮਨਾਵੇ 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 ਚੌਂਕੀ ਜੋਗੀ ਜੀ ਪਿੰਡ ਮੁਸਾਫਰ ਜੀਤੇ ਵਰਗੇ ਪਿੰਡ ਮੁਸਾਫਰ ਜੀਤੇ ਵਰਗੇ ਪਿੰਡ ਮੁਸਾਫਰ ਔਖਾ ਹੋਇਆ ਮਨ ਤੀਰ ਵੇ ਪਿੰਡ ਮੁਸਾਫਰ
ਕੋਰ ਲੋਕਾ ਹੋਇਆ ਮਨ ਤੀਰਵੇ ਪਿੰਡ ਮੂਸਾ ਕੋਰ ਲੋਕਾ ਹੋਇਆ ਮਨ ਤੀਰਵੇ ਦਿਲ
ਕਲੀ ਮਨ ਦੀ ਇੱਥੇ ਹੀ ਹੈ ਖਿਲਦੀ ਉਸੇ ਰਾਹੀਆਂ ਨੂੰ ਰੰਜਤਾ ਦਿਖਾਉਂਦੀ ਹੈ ਪਾਠ ਭਗਤੀ ਦਾ ਸਭ ਨੂੰ ਪੜ੍ਹਾਉਂਦੀ ਹੈ ਪੀੜ ਜਿਸਨੇ ਹੈ ਮਿਟਾਈ ਪੀੜ ਜਿਸਨੇ ਹੈ ਮਿਟਾਈ ਸਾਰ ਸੰਸਾਰ ਦੀ ਇਹਦੇ ਅੰਦਰ ਕਸ਼ਿਸ਼ ਹੈ ਅਨੋਖੀ ਖਿੱਚੀ ਆਉਂਦੀ ਹੈ ਦੁਨੀਆ ਏ ਸਾਰੀ ਇੱਥੇ ਨਿਰਦੋਸ਼ ਵੰਡੀਏ ਹਰ ਆਤਮਾ ਇੱਥੇ ਮਿਲਦਾ ਹੈ ਕੋਈ ਭਿਖਾਰੀ ਤੇਰਾ ਨਾਮ ਲਿਖ ਕੇ ਬੈਠਾ ਕੇ ਤਰੀ ਜਿਹੜਾ ਚੜਦਾ ਬੈਠਾ
ਜੈਕਾਰਾ ਚੌਂਕੂਟਾਂ ਦੇ ਵਾਲੀ ਦਾ ਉਹ ਸੱਚੇ ਦਰਬਾਰ ਕੀ ਜੈ ਜੈਕਾਰਾ ਮੀਰਾਂ ਦੇ ਸਾਈਂ ਦਾ ਉਹ ਸੱਚੇ ਦਰਬਾਰ ਕੀ ਜੈ ਨਾਮ ਜਪਣਾ ਸੇਵਾ ਕਰਨੀ ਸਿਮਰਨ ਕਰਨਾ ਬੜਾ ਸੌਖਾ ਪਰ ਇਹਨੂੰ ਨਿਭਾਉਣਾ ਕਹਿੰਦੇ ਬਹੁਤ ਔਖਾ ਇੱਕ ਇੰਨੀ ਡੂੰਘੀ ਨਦੀ ਆ ਇਹ ਜਿਹਦੇ ਵਿੱਚ ਪੈਰ ਤਾਂ ਪਾ ਲੈਂਦਾ ਬੰਦਾ ਪਰ ਬਾਅਦ ਵਿੱਚ ਜਦੋਂ ਵਿਚਾਲੇ ਜਾ ਕੇ ਗੋਤੇ ਆਉਂਦੇ ਆ ਉਦੋਂ ਯਾਦ ਆਉਂਦੀ ਆ ਵੀ ਮੈਂ ਇਕੱਲਾ ਇਸ ਨਦੀ ਨੂੰ ਪਾਰ ਨਹੀਂ ਕਰ ਸਕਦਾ ਕਿਉਂਕਿ ਇਹ ਜਿਹੜੀ ਨਦੀ ਆ ਇਹਨੂੰ ਪਾਰ ਕਰਨ ਲਈ ਕਹਿੰਦੇ ਗੁਰੂ ਦੀ ਲੋੜ ਬਹੁਤ ਜ਼ਰੂਰੀ ਹੁੰਦੀ ਹੈ ਔਰ ਜਿਹੜਾ ਬੇਗੁਰਾ ਉਹ ਇਹ ਨਦੀ ਨਹੀਂ ਪਾਰ ਕਰ ਸਕਦਾ ਉਹ ਕਹਿੰਦੇ ਨੇ ਤਾਂ ਹੀ ਕਹਿੰਦੇ ਨੇ ਕਿ ਗੁਰੂ ਬਿਨਾਂ ਗੱਤ ਨਹੀਂ ਚਾਹ ਬਿਨ ਪੱਤ ਨਹੀਂ ਗੁਰੂ ਦੇ ਨਾਲ ਹੀ ਕਹਿੰਦੇ ਆਪਾਂ ਇਹ ਨਦੀ ਪਾਰ ਕਰ ਸਕਦੇ ਹਾਂ ਨਾਮ ਜਪਣਾ ਸੇਵਾ ਕਰਨੀ ਸਿਮਰਨ ਜਿੰਨਾ ਮਰਜ਼ੀ ਅਸੀਂ ਕਰ ਲਈਏ ਪਰ ਜਿੰਨੀ ਦੇਰ ਅਸੀਂ ਬੇਗੁਰੇ ਹਾਂ ਉਨੀ ਦੇਰ ਅਸੀਂ ਇਹ ਨਦੀ ਨਹੀਂ ਪਾਰ ਕਰ ਸਕਦੇ ਸੋ ਗੁਰੂ ਦੀ ਲੋੜ ਸਾਡੇ ਜ਼ਿੰਦਗੀ ਦੇ ਵਿੱਚ ਇੰਨੀ ਆ ਕਿ ਉਹੀ ਇਹ ਨਦੀ ਸਾਨੂੰ ਪਾਰ ਕਰਾ ਸਕਦੇ ਆ ਇੱਥੇ ਵੀ ਉੱਥੇ ਵੀ ਦੋਨੇ ਜਹਾਨਾਂ ਦੇ ਵਿੱਚ ਉਹੀ ਸਾਡੇ ਰਾਖੇ ਬਣਦੇ ਆ ਜੈਕਾਰਾ ਸਤਿਗੁਰੂ ਮਹਾਰਾਜ ਜੀ ਜੈਕਾਰਾ ਮੀਰਾਂ ਦੀ ਸਾਈਂ ਦਾ ਉਹ ਸੱਚੇ ਦਰਬਾਰ ਡੂੰਘੀ ਨਦੀ ਹੈ ਮੁਹੱਬਤਾਂ ਦੀ ਪੈਰ ਪਾਈ ਨਾ ਡੂੰਘੀ ਨਦੀ ਹੈ ਮੁਹੱਬਤਾਂ ਦੀ ਪੈਰ ਪਾਈ ਨਾ ਨਦੀ ਹੈ ਮੁਹੱਬਤਾਂ ਦੀ ਪੈਰ ਪਾਈ ਨਾ ਡੂੰਘੀ ਨਦੀ ਹੈ ਮੁਹੱਬਤਾਂ ਦੀ ਪੈਰ ਪਾਈ ਨਾ ਪਹਿਲਾਂ ਸੋਚ ਲੈ ਵਿਚਾਲੇ ਜਾ ਕੇ ਗੋਤੇ ਖਾਈ ਨਾ ਪਹਿਲਾਂ ਸੋਚ ਲੈ ਵਿਚਾਲੇ ਜਾ ਕੇ ਗੋਤੇ ਖਾਈ ਨਾ ਪਹਿਲਾਂ ਸੋਚ ਲੈ ਵਿਚਾਲੇ ਜਾ ਕੇ ਗੋਤੇ ਖਾਈ ਨਾ ਪਹਿਲਾਂ ਸੋਚ ਲੈ ਵਿਚਾਲੇ ਜਾ ਕੇ ਗੋਤੇ ਖਾਈ ਨਾ ਜਿੰਨਾ ਪੈਰ ਨਦੀ ਵਿੱਚ ਪਾਏ ਜਿੰਨਾ ਪੈਰ ਨਦੀ ਵਿੱਚ ਪਾਏ ਜਿੰਨਾ ਪੈਰ ਨਦੀ ਵਿੱਚ ਪਾਏ ਜਿੰਨਾ ਪੈਰ ਉਹੀ ਅੱਜ ਉਹੀ ਕੱਲ੍ਹ ਦੁੱਖ ਗੁਰੂ ਤੋਂ
गोते खाई ना डूंगी नदी है मोहब्बत दी पैर पाई 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 ना जयकारा पौना हरि जी दा बहुत सच्चे दरबार की जयकारा गुरु महाराज जी दा बहुत सच्चे दरबार की बैसाखी का महीना चल रहा 14 अप्रैल नूं बैसाखी हो गई हटी है हजे भी कई गुरु के द्वारियां विच दिन सुध मनाया जा रहा है किसी ने मैनूं कहा सी संगतां चो सेवादारां चो भाई एक ही दिन ना सारी सुना दिया करो बारी बारी कहते सुनाया करो कोशिश यह होंदी आ वी जो अपना इतिहास आ अपने बच्चियां नूं दस्या जावे जो अपने सिख कौम दे विच जिहड़ा इतिहास आ बड़ा दर्दनाक होया पहले धन धन श्री गुरु गोबिंद सिंह जी महाराज जी दसवें पातशाह उन्होंने परिवार ने आम लोगों को आजादी दिवाने लिए बहुत संघर्ष किया परिवार सारे बार उस इतिहास के बच्चे उस कौम के बच्चे दो सूरमे दो जरनैल दो कमांडर ऐसे हुए गुरु गोबिंद सिंह जी उन्होंने जोड़ा जरनैल होया बाबा बंदा सिंह बहादुर माधोदास बरागी पहला सी जो गुरु साहब न मेल हुए 1708 के बच्चे भी कहते श्री गुरु गोबिंद सिंह जी उन्होंने मेल हुई उदों माधोदास बरागी सी उस दिन तो बाद बंदा सिंह बहादुर बन गया दूजा जरनैल हरी सिंह नलूआ सारी दुनिया जानती है हजे तक भी जड़े बैर रखण वाले आ थर थर कंबदे आ ना सुन के ये दो जरनैल सिख कौम जिहड़े ऐसे होए आ रहिंदी दुनिया तक दुनिया इन्हां नूं याद करेगी महाराजा रणजीत सिंह दे टाइम ते उन्हां दा जरनैल उन्हां दे कमांडर उन्हां दी फौज दा कमांडर सी जिहड़ा ओह हरी सिंह नलूआ सी बंदा सिंह बहादुर अज उन्हां बारे सुणाउणा वी उहने पहलां जो सीगे सीगे माधोदास तों बरागी तों बाद जदों बंदा सिंह बहादुर बनाया गया गुरु महाराज ने उन्होंने थापड़ा दिता कहते एक तलवार पांच तीर ते तीन साथी उन्होंने नाल तोरी सी सच दा कहिंदे तुसीं प्रचार करना गरीबां दी मजरूमां दी रखिया करनी आ बैरी भी कहिंदे गरीब मजरूम होवे उहदे ते भी हथ नहीं चकना निहत्थे ते वार नहीं करना पहला समझाने का मौका देना पहला उन्होंने समझा फिर जो भी बनता होया फिर वो करना वजीर खां सारी दुनिया जानती है सूबा सरहंद सारी दुनिया जानती है छोटे साहबजादे जिथे नीह के बच्चे वजीर खां के कहने पर चुनिया गया सी उदा बदला लैण लई उहनू सबक सिखाउण लई उहनू परमात्मा के नाम नाल जोड़न लई बाबा बंदा सिंह बहादुर नूं बनाया गया गुरु महाराज बाबा बंदा सिंह नूं मिलण तो बाद छेती कहिंदे वी अकाल पुरख दे चरणां दे विच जावराज सी फिर बाबा बंदा सिंह बहादुर ने जो नहीं हटण वाले सी उन्हां दा वो हाल कीता सी वो हशर कीता सी
ਵੀ ਅੱਜ ਤੱਕ ਵੀ ਉਹ ਜਿਹੜੇ ਪੰਨੇ ਆ ਕਹਿੰਦੇ ਵੀ ਖੂਨ ਨਾਲ ਲਿਖੇ ਗਏ ਆ। ਐਸਾ ਕਾਣੂ ਨੇ ਕੀਤਾ ਸੀ, ਐਸੇ ਅਤਿਆਚਾਰ ਉਹਨੇ ਕੀਤੇ ਸੀ ਤੇ ਉਹਨਾਂ ਨੂੰ ਰੋਕਣ ਦੇ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਜੋ ਕੀਤਾ, ਅੱਜ ਵੀ ਉਹ ਇਤਿਹਾਸ ਬੋਲਦਾ ਆ। ਇਸੇ ਕਰਕੇ ਕਿਸੇ ਵੀ ਗੁਰੂ ਮਹਾਰਾਜ ਦੀ, ਬਾਬਾ ਜੀ ਦੀ, ਪੀਰਾਂ ਫਕੀਰਾਂ ਦੀ ਕਹਾਣੀਆਂ ਜਿਹੜੀਆਂ ਸੁਣਾਉਂਦੀਆਂ ਵੀ ਸਾਡੇ ਬੱਚੇ ਜਿਹੜੇ ਆ ਉਹ ਆਪਣੇ ਇਤਿਹਾਸ ਨਾਲ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ। ਸਜ਼ਾ ਦੇਣ ਲਈ ਬੰਦਾ ਸਿੰਘ ਬਹਾਦਰ ਵਜ਼ੀਰ ਖਾਂ ਨੂੰ ਲੱਭਦੇ ਲੱਭਦੇ ਕਈ ਲੜਾਈਆਂ ਹੋਈਆਂ, ਕਈ ਦੁੱਖ ਵੀ ਉਹਨਾਂ ਨੇ ਝੱਲੇ, ਹਜ਼ਾਰਾਂ ਦੀ ਹਿਸਾਬ ਨਾਲ ਕਹਿੰਦੇ ਵੀ ਉਹਨਾਂ ਦੀ ਫੌਜ ਹੋ ਗਈ ਸੀ। ਫਿਰ ਜਦੋਂ ਵਜ਼ੀਰ ਖਾਂ ਦੇ ਨਾਲ ਟੱਕਰੇ ਹੋਏ ਤਾਂ ਬਾਬਾ ਬੰਦਾ ਸਿੰਘ ਬਹਾਦਰ ਉਸ ਵੇਲੇ ਦੀਆਂ ਕੁਝ ਗੱਲਾਂ, ਕੁਝ ਲਾਈਨਾਂ ਲਿਖੀਆਂ ਆ, ਕੋਸ਼ਿਸ਼ ਕਰਨ ਲੱਗੀਆਂ। ਪਹਿਲਾਂ ਮੈਂ ਸੋਚਦਾ ਸੀ ਭਾਜੀ ਤਾਰੀ ਨੂੰ ਇਹ ਵਾਰ ਦਿੱਤੀ ਜਾਵੇ ਬੰਦਾ ਸਿੰਘ ਬਹਾਦਰ ਦੀ, ਕਰਕੇ ਇਹਨਾਂ ਦਾ ਤਜਰਬਾ ਵੀ ਜ਼ਿਆਦਾ ਆ ਅਤੇ ਇੱਦਾਂ ਦੀਆਂ ਚੀਜ਼ਾਂ ਇਹ ਗਾ ਕੇ ਵੀ ਥੋੜ੍ਹੇ ਜ਼ਿਆਦਾ ਖੁਸ਼ ਹੁੰਦੇ ਅੱਜ। ਪਰ ਮੈਂ ਆਪੇ ਗਾਉਂਦਾ, ਹਾਂਜੀ ਹਾਂਜੀ, ਬਾਬਾ ਬੰਦਾ ਸਿੰਘ ਬਹਾਦਰ। ਮੈਂ ਸ਼ੇਰ ਹਾਂ ਕਲਗੀ ਵਾਲੇ ਦਾ, ਬੰਦਾ ਸਿੰਘ ਬਹਾਦਰ ਮੇਰਾ ਨਾਂ, ਭਾਵੇਂ ਪਹਿਲਾਂ ਮੈਂ ਮਾਧੋ ਦਾਸ ਸੀ, ਹੁਣ ਸਿੱਖੀ ਤਾਂ ਬਣਾ ਲਿਆ ਪਾ, ਮੈਨੂੰ ਆਪਣਾ ਗੁਰੂ ਦਸਮੇਸ਼ ਦਾ ਦੇਣਾ ਰਹਿਣ ਨਹੀਂ ਬਾਰੀ ਦਾ ਨਾਂ, ਤੁਸੀਂ ਜਾਲਮੋ ਖਾਸਰਾ ਤਰਸਨਾ, ਉਹ ਤਰਸਨਾ ਤੁਸੀਂ ਜਾਲਮੋ ਖਾਸਰਾ ਤਰਸਨਾ, ਦਿੱਤੇ ਬੱਚੇ ਦੀਆਂ ਵਿਚੜਾ। ਐਸੇ ਸ਼ਹੀਦ, ਐਸੇ ਸੂਰਮੇ ਹੋਏ ਆ ਸਿੱਖ ਕੌਮ ਦੇ ਵਿੱਚ, ਪਰ ਵਜ਼ੀਰ ਖਾਂ ਦਾ ਜਿਹੜਾ ਹਾਲ ਹੋਇਆ ਵੀ ਏਦਾਂ ਦੀ ਉਹਨੂੰ ਕਹਿੰਦੇ ਮੌਤ ਦਿੱਤੀ ਆ, ਸ਼ਾਇਦ ਗੋਣੇ ਵਿੱਚ ਕਿਸੇ ਨੂੰ ਸਮਝ ਨਹੀਂ ਲੱਗੀ ਹੋਵੇ ਵੀ ਕਹਿੰਦੇ ਜਦੋਂ ਉਹਨਾਂ ਦੇ ਬੰਦਾ ਸਿੰਘ ਬਹਾਦਰ ਦੇ ਹੱਥ ਲੱਗਿਆ, ਉਹਨੇ ਰੱਸ ਲੱਤ ਨੂੰ ਉਹਦੇ ਨੂੰ ਰੱਸਾ ਪਾ ਕੇ
घोड़े के मगर घड़ीसते लगाए ले जाके बांह बढ़ के सट्टी एक कहते मैं पुठा दरख्त के नाल टक के थल्यो अग जाल दिती जीते नहीं अत मरिया घड़ीस हों तुम पता ही है भी कि अग अग बालती तो फिर छड़ के कहते ऐसे चले गए फिर इला उला गिरजा वो मास तोड़ तोड़ के खाता सी नोच नोच जो उन्हें किया भी सज़ा थोड़ी सी पर जड़े योधे आ जड़े वीर आ जड़े सूरमे आ फिर भी उन्होंने दिल के दर्द उन्हें उदा कोई परिवार या किसी कोई नुकसान नहीं किया सिर्फ उदे तक ही मतलब उन्हें रखिया औरंगजेब भी उदों मर चुके से करन करवाने वाला वो सी पर आप ही मर गया से जफरनामा पढ़ के ही ऐसा बीमार होया मंजे ते पै गया कि गोबिंद सिंह जी ने चिट्ठी भेजी सी मैं मुड़ के कहते मंजे तो नहीं उठ सकता जदों आ काम होया उदों उदा मुंडा बहादुर शाह गद्दी ते बैठा सी बड़ा कुछ बड़ा इतिहास लंबा चौड़ाया दसण नूं भी वक्त चाहीदा पढ़न नूं भी वक्त चाहीदा ते सुणन नूं भी वक्त चाहीदा गुरु गोबिंद सिंह जी महाराज उन्होंने ऐसी छाप छड़ी आ सिखां दी ऐसी छाप छड़ी आ विरंधी दुनिया तक मजरूमां दी राखी करन लई कौम त्याग होगी हमेशा जिकारा गुरु गोबिंद सिंह महाराज जी का सच्चे दरबार की जय सच्चे सरकार ओ सच्चे दरबार की करा शेरां वाली माता जी ओ सच्चे दरबार की करा क्या पहाड़ वाली माता ओ सच्चे दरबार की चंगा लगदा ने दूर दूर रहना मां चंगा लगदा ने दूर दूर रहना Yeah, Don Depp.
ਰੂੜਿਆਂ ਚ ਮੈਨੂੰ ਤੂੰ ਬਿਠਾ ਗਈ ਛੱਡ ਮੈਨੂੰ ਕੱਲਿਆਂ ਤੋਂ ਰੁਖਾ ਵੇਚ ਆ ਗਈ दरबार की हो बाबा तेरे भगतां नू चढ़िया धाम तेरे दियां लोरां ओ जोगी तेरे भगतां नू
ਗਿਆ ਸਭ ਨਾਲ ਪਹਿਲਾਂ ਤੇਰਾ ਨਾਂ ਲੈਣਾ ਸਿੱਖਿਆ ਦਿਲ ਦੀਆਂ ਕੰਧਾਂ ਉੱਤੇ ਨਾਂ ਤੇਰਾ ਲਿਖਿਆ ਦਿਲ ਦੀਆਂ ਕੰਧਾਂ ਉੱਤੇ ਨਾਂ ਤੇਰਾ ਲਿਖਿਆ बाबा जी नूं इक अरदास बेनती बाबा जी असीं तेरे हाँ हमेशा अपने बनाई रखियो साडे च कमियां कहिंदे हर एक बंदे च कमियां तां हुंदियां ही ने किसे ना किसे च कोई कमी हुंदी है किसे च कोई कमी हुंदी है साडे विच वी बहुत कमियां मेरे च वी बहुत कमियां बस उहनां नूं पर्दे पा के बाबा जी सानूं अपने चरणां च लगा के जयकारा पाउणा हरि जी ਬਹੁਤ ਸੱਚੇ ਦਰਬਾਰ ਜੈਕਾਰਾ ਮੀਰਾਂ ਦੇ ਸਾਈਂ ਬਹੁਤ ਸਵਾਰ ਕੀ ਮੇਰਾ ਵਾੜਿਆ ਅਸੀਂ ਹਾਂ ਤੇਰੇ ਆਪਣੇ ਬਣਾਈ ਰੱਖਿਓ ਮੇਰਾ ਵਾੜਿਆ ਅਸੀਂ ਹਾਂ ਤੇਰੇ ਆਪਣੇ ਬਣਾਈ ਰੱਖਿਓ ਮੇਰਾ ਵਾੜਿਆ ਅਸੀਂ ਹਾਂ ਤੇਰੇ ਆਪਣੇ ਬਣਾਈ ਰੱਖਿਓ ਮੇਰਾ ਵਾੜਿਆ ਆਪਣੇ ਬਣਾਈ ਰੱਖਿਓ ਜਿੰਗੀ ਵਾਲਿਆ ਅਸੀਂ ਹਾਂ ਤੇਰੇ ਆਪਣੇ ਬਣਾਈ ਰੱਖਿਓ ਮੇਰਾ ਵਾੜਿਆ
अपने बनाई रखियो मेरा वालिया रसिया तेरे अपने बनाई रखियो औगण भोली नाथी औगण बथेरे चरना जलाई रखियो औगण भोली नाथी औगण बथेरे चरना जलाई रखियो औगण बथेरे चरना जलाई रखियो औगण भोली नाथी औगण बथेरे चरना जलाई रखियो तेरा हम तेरा हो केड़े पास जावा मैं 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 रहमतां दी पिज्जा हो किस तो पवावा मैं रहमतां दे बार होर किस तो पवावा मैं रहमतां दे बार किस तो पवावा मैं रहमतां दे बार किस तो पवावा मैं सुन अर्ज साहिब तुसी मेरी लगन बनाई रखियो मेरा वालिया रखियो मेरा वालिया रसिया तेरे अपने बनाई रखियो मेरा वालिया रसिया तेरे अपने बनाई रखियो चरना च बैठ तेरे एहो मंग मंग दे चरना च बैठ तेरे एहो मंग मंग दे चारे नाच बैठे एहो मंग मंग दे पग में ते रंग विच सदा लई रंग दे पग में ते रंग विच सदा लई रंग दे पग में ते रंग विच सदा लई रंग दे पग में ते रंग विच मन सेवा से मरण बिच ला दे चरदा बनाई रखे मेरा वालिया हसीहा तेरे अपने बनाई रखियो मेरा वालिया हसीहा तेरे अपने बनाई रखियो मेरा वालिया हसीहा अपने बनाए रखियो अपने बना लै असी तेरे बन रहना है 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 सुख देवी दुख देवी रजा बिच 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 रहना है ओ किते डोल ना जावे मन मेरा कृपा बनाई रखियो असीहा तेरे अपने बनाई रखियो मेरा वालिया असीहा तेरे अपने बनाई रखियो मेरा वालिया असीहा तेरे अपना बनाई रखियो मन तां निमाणा मेरा रहिंदा डामा डोल दी मन तां निमाणा मेरा रहिंदा डामा डोल जी मन तां निमाणा मेरा रहिंदा डामा डोल जी मन तां निमाणा मेरा रहिंदा डामा डोल जी बीतदा है जांदा ए जन्म अनमोल
ਰਸੂਲ ਜੀ ਬੀਤਦਾ ਏ ਜਾਂਦਾ ਏ ਜਨਮ ਅਨਮੋਲ ਜੀ ਬੀਤਦਾ ਏ ਜਾਂਦਾ ਰੱਖਿਓ ਮੇਰਾ ਬਾੜਿਆ ਅਸੀਂ ਹਾਂ ਤੇਰੇ ਆਪਣੇ ਬਣਾਈ ਰੱਖਿਓ ਮੇਰਾ ਬਾੜਿਆ ਅਸੀਂ ਹਾਂ ਤੇਰੇ ਆਪਣੇ ਬਣਾਈ ਰੱਖਿਓ ਮੇਰਾ ਬਾੜਿਆ ਅਸੀਂ ਹਾਂ ਤੇਰੇ ਆਪਣੇ ਬਣਾਈ ਰੱਖਿਓ ਰੱਖਿਓ ਸਿੱਕੀ ਵਾੜਿਆ ਅਸੀਂ ਹਾਂ ਤੇਰੇ ਆਪਣੇ ਬਣਾਈ ਰੱਖਿਓ ਤੇਰੇ ਪਿਆਰਿਆ ਅਸੀਂ ਹਾਂ ਤੇਰੇ ਆਪਣੇ ਬਣਾਈ ਰੱਖਿਓ ਉਹ ਮੇਰਾ ਵਾੜਿਆ ਅਸੀਂ ਹਾਂ ਤੇਰੇ ਆਪਣੇ ਬਣਾਈ ਰੱਖਿਓ ਜੈਕਾਰਾ ਮੀਰਾ ਵਾਲੇ ਸਾਈਂ ਦਾ ਜਕਾਰਾ ਲੱਖਾਂ ਦੇ ਦਾਤਿਆਂ ਦਾ ਬਹੁਤ ਸੱਚੇ ਦਰਬਾਰ ਜਕਾਰਾ ਗਿਆਰਵੀਂ ਵਾਲੀ ਸਰਕਾਰ ਦਾ ਬਹੁਤ ਸੱਚੇ ਦਰਬਾਰ ਕੀ ਜਿਨ੍ਹਾਂ ਤੇ ਮਿਹਰਬਾਨ ਹੋ ਜਾਏ ਉਹਨਾਂ ਦੇ ਡੁੱਬੇ ਉਤਾਰ ਦਿੰਦਾ ਜਿਨ੍ਹਾਂ ਨੂੰ ਝੁਕਣਾ ਆਉਂਦਾ ਨਹੀਂ ਉਹਨਾਂ ਨੂੰ ਜੜੋਂ ਉਖਾੜ ਦਿੰਦਾ ਜਿਨ੍ਹਾਂ ਤੇ ਮਿਹਰਬਾਨ ਹੋ ਜਾਏ ਉਹਨਾਂ ਦੇ ਡੁੱਬੇ ਉਤਾਰ ਇਹ ਫਕਰਾਂ ਦੀ ਜੋਗੀਆਂ ਦੀ ਪੀਰਾਂ ਦੀ ਫਿਤਰਤ ਆ ਵੀ ਜਿਨ੍ਹਾਂ ਤੇ ਮਿਹਰਬਾਨ ਹੁੰਦੇ ਆ ਕਿਸੇ ਵੀ ਕੰਮ ਨੂੰ ਕਹਿੰਦੇ ਹੱਥ ਪਾਉਂਦੇ ਆ ਫਿਰ ਉਹ ਤੁਰੀ ਚੱਲਦਾ ਅੱਧ ਵਿਚਾਲੇ ਕਦੇ ਨਹੀਂ ਲਟਕਦਾ ਮਿਹਰਬਾਨ ਕਿੱਦਾਂ ਹੁੰਦੇ ਆ ਬਾਬਾ ਜੀ ਨੇ ਦਰਬਾਰ ਸਰਕਾਰਾਂ ਦੇ ਰੋਜ਼ੇ ਗੁਰੂ ਦੇ ਦੁਆਰੇ ਬਣੇ ਹੋਏ ਆ ਵੀ ਸੱਤ ਸੰਗਤ ਵਿੱਚ ਆ ਕੇ ਕੋਈ ਬੈਠੇ ਬੈਠਣ ਦੇ ਨਾਲ ਉਸ ਮਿਹਰਬਾਨ ਦੀ ਨਿਗਾਹ ਉਸ 'ਤੇ ਪਵੇ ਵੀ ਕੀ ਲੈਣ ਦੀ ਆਇਆ ਕੀ ਇਹਨੂੰ ਦੇਣਾ ਕਦੋਂ ਇਹਨੂੰ ਦੇਣਾ ਜਦੋਂ ਬੈਠਣ ਦਾ ਟਾਈਮ ਹੀ ਨਹੀਂ ਹੁੰਦਾ ਫਿਰ ਤਾਂ ਉਹਦੀ ਮਰਜ਼ੀ ਆ ਉਹ ਮਿਹਰਬਾਨ ਹੋਵੇ ਜਾਂ ਨਾ ਹੋਵੇ ਜਕਾਰਾ ਸੱਚੀਆਂ ਸਰਕਾਰਾਂ ਬਹੁਤ ਸੱਚੇ ਦਰਬਾਰ ਕੀ ਜੈ ਜਕਾਰਾ ਫਕਰਾਂ ਫਕੀਰਾਂ ਦਾ ਬਹੁਤ ਸੱਚੇ ਦਰਬਾਰ ਕੀ ਜਕਾਰਾ ਗਿਆਰਵੀਂ ਵਾਲੀ ਸਰਕਾਰ ਦਾ ਬਹੁਤ ਸੱਚੇ ਦਰਬਾਰ ਕੀ ਜਿਨ੍ਹਾਂ ਤੇ ਮਿਹਰਬਾਨ ਹੋ ਜਾਏ ਉਹਨਾਂ ਦੇ ਡੁੱਬੇ ਉਤਾਰ ਦਿੰਦਾ ਜਿਨ੍ਹਾਂ ਤੇ ਮਿਹਰਬਾਨ ਹੋ ਜਾਏ ਉਹਨਾਂ ਦੇ ਡੁੱਬੇ ਉਤਾਰ ਦਿੰਦਾ ਮਿਹਰਬਾਨ ਹੋ ਜਾਏ ਉਹਨਾਂ ਦੇ ਡੁੱਬੇ ਉਤਾਰ ਦਿੰਦਾ ਜਿਨ੍ਹਾਂ ਤੇ ਮਿਹਰਬਾਨ ਹੋ ਜਾਏ ਕਿਸੇ ਦੇ ਘਰ ਵੀ ਪਹੁੰਚ ਜਾਵੇ ਕਈਆਂ ਨੂੰ ਦਰਦੇ ਦੇਖੇ ਨਾ ਕਿਸੇ ਦੇ ਘਰ ਵੀ ਪਹੁੰਚ ਜਾਵੇ ਕਈਆਂ ਨੂੰ ਦਰਦੇ ਦੇਖੇ ਨਾ ਨੂੰ ਦਰਦੇ ਦੇਖੇ ਨਾ ਕਈਆਂ ਨੂੰ ਦਰਦੇ ਦੇਖੇ ਨਾ ਉਹਨਾਂ ਦੇ ਦਸ ਦਸ ਕੱਢ ਦੇਵੇ ਜਿਨ੍ਹਾਂ ਦੇ ਮਨ ਭੁਲੇਖੇ ਆ ਉਹਨਾਂ ਦੇ ਦਸ ਦਸ ਕੱਢ ਦੇਵੇ ਜਿਨ੍ਹਾਂ ਦੇ ਮਨ ਭੁਲੇਖੇ ਆ ਕਈਆਂ ਦੇ ਚੰਮ ਲਹਾ ਦਿੰਦਾ ਜਿਨ੍ਹਾਂ ਤੇ ਮਿਹਰਬਾਨ ਹੋ ਜਾਏ ਉਹਨਾਂ ਦੇ ਡੁੱਬੇ ਉਤਾਰ ਦਿੰਦਾ
मेहरबान हो जाए उन्हां दे डुबे हो ताज ना इना ते मेहरबान हो जाए उन्हां दे डुबे हो ताज ना ओ सप नहीं खोल रखे चार मंदर मसीता दे ओह सप नहीं खोल रखे चार मंदर मसीता दे छप्पड़ फाड़ के दिता जे तो लेंदा फिर थप्पड़ मार मार के लेंदा आ जा भाई लेखा जोखा हज रहा है ऐसे कहते भी दिन ना ही आना बंदा झुकया रवे तो चंगा है जोड़ा अड़ गया वो तो पता ही है फिर कर्म उन्होंने ही कई इतने भी आयो आ कई ने पहली बार सारा कुछ ले जाना कई साल आना भी टाइम हजे की पता गह होगी जान का बाबा जी के करमे आ बाबा जी की मेहर आ एक हफ्ता बाबा जी उन्होंने भी आयान हो गया गुफा तो देसा तो अपने घर चो अपने दूजे घर के रहमत उ बाबा जी दियाँ नूर उ बाबा जी के रंग उ बाबा जी दे पर लैन वाले अपन बखो वक्रिया आसा बखो वक्रिया मुरादा लोड़ा बाबा जी दे अगे पेश करते बाबा जी ने दसते फिर उन्होंने हल बाबा जी करते पैसा किसी तो कोई नहीं लिया जाता बस एक टाइम आ बाबा जी बार बार सेवादारों भी यही दसते भी बचने का किसी तो पैसा नहीं लगता कई बार इदा होंगे अपने कई काम चिर के अड़े होंगे बाबा जी उन्होंने दर्शन करे दरबार के आने वाले बन जाते संगत आप ही चाहिए होंगे भी दरबार जोड़ा संगत बनया आ बाबा जी उन्हीं तो जंगलों से ही रेंदे सी जंगलों से रेंदे वह तो सिर्फ
साढ़े करके आँदे अपने करके आँदे आ भी कित कोई खाली ना मुड़ जाए कि कोई दुखी आया दुखी ना मुड़ जाए भी जो दुखी आया आ तो खुश होकर मुड़े हजे अपनी सेवा एक संगत की रही है करन वाली करके सारे नूं पता ही आ भी बाबा जी हुणी ताडे को मिला तो चलदियां नहीं अपने लंगर हॉल का हजे काम बाकी आ संगत बिना कहे तो ही अपनी नेक कमाई दे विचों हिस्सा पाया करना पऊ भी छेती छेती हुण मुकाउणा आ जिन्ना क रहिंदा आ थोड़ा ही रहिंदा हुण बाकी बाबा जी हुणां दा जदों मौज होनी आ उन्नी सेवा वाले भी आपे बना लेने उन्हें आपे सारा कुछ इंतजाम कर देना पर फिर भी संगतां नूं भी यह बेनती होंदी आ भी अपने होर भी बड़े खर्चे होंदे आ जी तां सानूं उहां दी अपनी किरत दे विचों कमाई दे विचों दरबारां दे विच कोई हिस्सा पाया जावे तां उहदी गिणती बड़ी दूर तक होंदी आ शायद अपने इस जन्म चो ना काम आवे शायद अगले जन्म लई उह काम आवे शायद अपने बच्चों के काम आवे उह सेवा कीती इस करके जिदा भी जो भी सरदा हुंदा बाबा जी दरबार से सेवा करनी चाहिए वध चढ़ के सेवा करनी चाहिए आ सच्चे दिलों करनी चाहिए आ लोक दिखावा बाबा जी उन्हां नूं नहीं पाउंदा वह सादगी च रहण वाले ऐसे फकीर आ भी उच्चा नीवा जां किसी नूं भी किसी भी तरह का चाहे वो चंगा आ चाहे वो माड़ा आ उन्हां ले भी उदां दी अरदास करदे आ जिदा दी वो अपने परिवार लई करदे ये परिवार आ आपां भी सारा एक बाबा जी का बाबा जी हर कले अरदास करते हैं भी जो जैसी भी इच्छा लेके आया बाबा जी जैसी भी शरदा लेके आया उन्होंने पूरी करके बोलन जे दस देंदे आ तो हजार करके बोलन जकारा पौना हरि बाबा जी का फकरा फकीर सचे दरबार की किसी समय एक बड़ा परिवार से कुछ लोग कम करने वाले से कुछ लोग बेलियां खाने वाले से उन्होंने हौली हौली परिवार से जिन्ना चिर एक दूजे ने दिंदे रहे रल मिल के खुशियां रही एक जिहड़ा वड्डा सी मुखी उड़ गया कहिंदा भी असी इन्नी मेहनत करते हाँ सानू उही मिलता खाने में जो कहिंदा बेलना नहीं मिलता कहिंदा भी जिहड़ा बेला बंदा है इहदा कहिंदा खाना बंद कर दिओ जिन्ना चिर इह कम ते शुरू नहीं हुंदा परिवार दे विच उन्ना जिन्हों खाना देना नहीं है उन्हें सारे परिवार ने सलाह करके वह खाना बंद कर दिता एक का वो कहता मैं घर छड़ के चल जाना ड्राइवर जी लग पाया कहते ठीक है वधिया कहते असं भी यही चाहते हाँ कि साढ़े घर का खर्चा घटे तू चल जा करो वो घरों गुस्से जा के चल गया चार दिन जंगलों में कट्टे देखे उत्थे जिहड़े जानवर आ अद्धे पत्ते खाते अद्धे सुटते अगले खिलारदे आ पर पत्ते देख के भी जी रूह से घबरा लग पे कहता हम मैंने पत्ते खाने पो गए कहता घर के इन्ने पकवान छड़ के आया कहता मैं तो सोचा चंगा कुछ मिलेगा पर कई दिन देखता रहा जी जानवर से पत्ते खा खू कहते सड़ दें अद्धे खा लेंदे तो अक गया बहुत किसी को खाने नहीं दिता उत्थे कुदरत ने एक साधु भेजा से जंगल नाम जपने लिए वो कहते बैठा नाम जपता से उन्होंने पता लग गया कि इतने बंदा घूमता वो कहते भुखा बनाया वो कुछ है नहीं खाने लिए उन जाके लभ लिया लभ के उन्हें कहता भगता अफर माड़ा कहता चार दिन नाम जप कहता खाने पकवान से लिया आपे आने लपने वो कहता तेन आए से कहता हाँ तो ही मैं कहता जीना हाँ कहता मैंने कहता खाने परमात्मा आपे भेजने लग पे हम दो दिन माड़ा फिरी चक के माड़ा तो मूहे मारी कहता चक माड़ा अपनी कहता फिर कहता पकवान खाने कहता मैं पत्ते खा के गुजारा कर लूँ कहता पंछी अपनी मोर्चा करते ही हैं पत्ते खा के कहता चल इदा कर ली हूँ पत्ते मोरू जाके आपे ढेर लत्त लफड़ कहते जेडे तेरू का दो खाने बच्चे चक के बाकी कहते पे रहने नहीं हूँ तो हादसे ने कहा गुस्से में कहा साधु सच्ची पत्तिया ढेर लत्त मेरे कहता चक जिन्हें मर्जी खा जेडे कपड़े गल च पाए कहते उतार दे ना उन्होंने पता लगे अपने पत्ते मैं शरीर से लाव ना उन्होंने पता लगे मैं पत्ते खाव ना उन्होंने समझ पे भी मुड़ के घर में जमा करा कि बेचारा कसूता फस गया तो एक दिन ऐसा आया वह मन कहता जा भगता मुड़ घर अपने तू माँ तेरी ने सुखा नाल पालिया सी तेनों तू अज रौलदा विच जंगलों दे जंगल देख के हस लिया तेनों कहना देख वजीरां वाली मौत राजे नहीं कर सकते जो वजीर करके वह राजे नहीं खा सकते कहना खाना कर्मा च हुंदा है जो वेलण हुंदे तेरे वर्गे तू तां कहना जंगलों आके रुल गया तेरे नाल अच्छे कहना पंछी जिहड़े
ਚੁੱਗਾ ਚੁੱਕਦੇ ਐਸਾ ਚੁੱਗ ਚੁਗਾਉਂਦਾ ਕਹਿੰਦਾ ਪਰਮਾਤਮਾ ਉਹਨਾਂ ਨੂੰ ਜਿੱਥੇ ਮਰਜ਼ੀ ਉਹ ਵਸਦੇ ਉਹਦਾ ਕਹਿੰਦਾ ਜੰਗਲਾਂ ਵਿੱਚ ਵੀ ਆ ਕੇ ਭੁੱਖਾ ਰਹਿ ਗਿਆ ਘਰ ਵੀ ਕਹਿੰਦਾ ਭੁੱਖਾ ਰਹਿ ਗਿਆ ਤੇਰੇ ਵਰਗੇ ਕਹਿੰਦਾ ਕੌਣੇ ਜਿਹੜੇ ਰੋਜ਼ ਹੱਸਦੇ ਆ ਉਹਨੂੰ ਫਿਰ ਗੁੱਸਾ ਗਿਆ ਕਹਿੰਦਾ ਤੈਨੂੰ ਮੁੱਖ ਦੀਆਂ ਖਾਣ ਮਿਲੀਆਂ ਤਾਂ ਤੂੰ ਹੱਸਦਾ ਕਹਿੰਦਾ ਮੁੱਖ ਦੇ ਨਹੀਂ ਮਣ ਕੇ ਕਹਿੰਦਾ ਗਣ ਮਣ ਮਾਲ ਦੇ ਕਹਿੰਦਾ ਜਿਹੜੇ ਮੈਂ ਰੋਜ਼ ਗਣਦਾ ਤੇਰੇ ਵਰਗੇ ਕਹਿੰਦਾ ਲੱਖਾਂ ਬੰਦੇ ਮੈਂ ਪਾਲੇ ਆ ਮਾਲਾ ਦੇ ਨਾਲ ਜਿਹਨੂੰ ਕਹਿੰਦਾ ਖਾਣਾ ਨਹੀਂ ਮਿਲਦਾ ਸੀ ਉਹਨੂੰ ਖਾਣਾ ਦਿੱਤਾ ਕਹਿੰਦਾ ਉਹਨਾਂ ਵਿੱਚੋਂ ਜੇ ਮੈਂ ਅੱਧਾ ਪਰਸੈਂਟ ਵੀ ਲੈਣ ਲੱਗਾ ਤਾਂ ਵੀ ਕਹਿੰਦਾ ਮੇਰਾ ਅੱਧਾ ਪਿੰਡ ਮਿਲ ਸਕਦਾ ਉਹ ਬੰਦਾ ਦੇਖ ਕੇ ਮੈਨੂੰ ਚੁੱਪ ਕਰ ਗਿਆ ਕਹਿੰਦਾ ਗਲਤ ਤੇਰੀ ਸੱਚੀ ਲੱਗਦੀ ਆ ਕਹਿੰਦਾ ਫੜ ਮਾਲਾ ਫਿਰ ਜਾ ਕਹਿੰਦਾ ਜਿਹੜੇ ਪਰਿਵਾਰ ਦਾ ਤਾਂ ਮੁਕਤ ਖਾਧਾ ਉਹਨਾਂ ਬੰਦਾ ਤੂੰ ਖੁਲਾ ਹੁਣ ਥੋੜ੍ਹਾ ਚਿਰ ਹੁਣ ਥੋੜ੍ਹੇ ਦਿਨ ਮਾਲਾ ਫੇਰੀ ਪਰ ਮਨ ਸ਼ਾਂਤ ਹੋਣ ਲੱਗ ਪਿਆ ਤਾਂ ਘਰ ਦਾ ਪਿਆਰ ਜਾਗਣ ਲੱਗ ਪਿਆ ਕਹਿੰਦਾ ਉਹ ਘਰ ਨੂੰ ਮੁੜ ਮੈਂ ਕਹਿੰਦਾ ਹਜੇ ਨਹੀਂ ਤੇਰੀ ਮਾਲਾ ਕਹਿੰਦਾ ਤੂੰ ਰਹੀ ਜਾ ਕਹਿੰਦਾ ਪੂਰੀ ਫੇਰ ਮੁੜੀ ਅਤੇ ਉਹ ਘਰ ਨੂੰ ਮੁੜਦਾ ਮਾਲਾ ਪੂਰੀ ਕਰਕੇ ਉਹਦੀ ਮਾਂ 'ਚ ਬੈਠੀ ਡਿੱਗਦੀ ਅਤੇ ਜਾਂਦੇ ਬਾਹਾਂ ਫਲਾਈਆਂ ਗੱਲ ਲੱਗ ਕੇ ਮਾਂ ਦੇ ਰੋਣ ਲੱਗ ਪਿਆ ਕਹਿੰਦਾ ਮੈਨੂੰ ਅੱਜ ਪਤਾ ਲੱਗਾ ਕਹਿੰਦਾ ਪਿਆਰ ਕੀ ਆ ਪਰਿਵਾਰ ਦਾ ਮਾਂ ਦਾ ਕੀ ਪਰਿਵਾਰ ਆ ਕਹਿੰਦਾ ਜੰਗਲਾਂ ਜਾ ਕੇ ਮੈਨੂੰ ਸਮਝ ਲੱਗੀ ਜਿੱਥੇ ਜਦੋਂ ਮੈਨੂੰ ਦੂਜਾ ਬਗਾਨਾ ਮਿਲਿਆ ਕੋਈ ਕਹਿੰਦਾ ਉਹਨੂੰ ਸਮਝਾਇਆ ਘਰ ਦੇ ਮਾਂ ਬਾਪ ਬੱਚੇ ਨੂੰ ਜਿੰਨਾ ਮਰਜ਼ੀ ਪਿਆਰ ਕਰਨ ਬੱਚੇ ਸਮਝਦੇ ਨਹੀਂ ਕਰਦੇ ਜਿੰਨਾ ਚਿਰ ਦੂਜੇ ਨਾਲ ਵਾਹ ਨਹੀਂ ਪੈਂਦਾ ਹੈ ਜਦੋਂ ਦੂਜਿਆਂ ਨੂੰ ਵਾਹ ਪੈਂਦਾ ਫਿਰ ਪਤਾ ਲੱਗਦਾ ਕਿ ਆਪਣੇ ਕੌਣ ਆ ਅਤੇ ਬਗਾਨੇ ਕੌਣ ਆ ਜਦੋਂ ਚਾਰ ਦਿਨ ਕੱਟੇ ਜੰਗਲਾਂ ਦੇ ਵਿੱਚ ਉਹਦੇ ਸੁਰਤ ਖੁੱਲ੍ਹ ਗਏ ਉਹਦੀ ਕਹਿੰਦਾ ਪੱਤੇ ਖਾਣੇ ਇੰਨੇ ਭਗਵਾਨ ਸੋਹਣੇ ਛੱਡ ਕੇ ਹੁਣ ਪੱਤੇ ਕਹਿੰਦਾ ਖਾਊਂਗਾ ਮੈਂ ਕਹਿੰਦਾ ਛੱਡੀ ਦੁਨੀਆ ਮੈਂ ਸਾਰੀ ਮਾਪਿਆਂ ਦਾ ਹੋ ਗਿਆ ਕਰਮ ਕਮਾਇਆ ਜੋਗੀ ਨੇ ਮੈਂ ਘਰਦਿਆਂ ਦਾ ਹੋ ਗਿਆ ਦੂਰੀਆਂ ਪਾ ਕੇ ਭੁੱਖਾ ਮਰਦਾ ਸੀ ਜੰਗਲਾਂ ਵਿੱਚ ਮੈਂ ਖੋ ਗਿਆ ਜੰਗਲਾਂ 'ਚ ਪੰਛੀ ਦੇਖ ਕੇ ਹੱਸਦੇ ਮੈਨੂੰ ਪੱਤਿਆਂ ਵਿੱਚ ਰੋਪਿਆ ਪੱਤਿਆਂ ਨੇ ਕਰਮ ਕਮਾਇਆ ਮੇਰੇ 'ਤੇ ਕੋਈ ਸਾਧੂ ਅੱਗੇ ਆ ਗਿਆ ਸਾਧੂ ਦਿੱਤੇ ਖਾਣ ਨੂੰ ਮੈਨੂੰ ਮਣ ਕੇ ਮੈਂ ਵੀ ਕਹਿੰਦਾ ਮਣ ਕੇ ਖਾ ਕੇ ਸਾਧੂ ਹੋ ਗਿਆ ਕਹਿੰਦਾ ਅੱਜ ਉਹਦੀ ਰਹਿਮਤ ਮੇਰੇ ਵਿੱਚ ਕਹਿੰਦਾ ਵਸਦੀ ਆ ਮੈਂ ਮੁੜ ਆਪਣੇ ਪਰਿਵਾਰ ਦਾ ਹੋ ਗਿਆ ਸਾਰਾ ਪਰਿਵਾਰ ਇੱਕ ਹੋ ਗਿਆ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਜਿੰਨੀਆਂ ਸੀਗੀਆਂ ਉਹ ਵੀ ਦੂਨ ਸਫਾਈਆਂ ਕਰ ਗਈਆਂ ਜਿਹੜੀ ਪਰਿਵਾਰ ਦੀ ਇਕੱਠਤਾ ਆ ਪਿਆਰ ਇੱਕ ਥੈਂ ਉਹਦੇ ਨਾਲ ਦੀ ਰੀਸ ਨਹੀਂ ਹੈ ਜਿੱਥੇ ਮਰਜ਼ੀ ਬੰਦਾ ਘੁੰਮ ਲਵੇ ਸਭ ਤੋਂ ਜ਼ਿਆਦਾ ਜਿਹੜਾ ਸਤਿਕਾਰ ਅਤੇ ਪਿਆਰ ਆ ਪਰਿਵਾਰ ਦਾ ਸ਼ਾਂਤੀ ਆ ਜਿੱਥੇ ਵਾਸ ਹੈਗਾ ਉੱਥੇ ਆਪਣੇ ਆਪ ਹੀ ਬਰਕਤਾਂ ਨਾਲ ਲੱਪਣੀਆਂ ਚਾਹੇ ਪੰਛੀ ਪੱਤੇ ਖਾਂਦੇ ਆ ਚਾਹੇ ਪੰਛੀ ਉਹ ਜੋ ਮਰਜ਼ੀ ਖਾਣ ਪਰ ਫਿਰ ਵੀ ਉਹਨਾਂ ਦੇ ਬਰਕਤਾਂ ਪੈਂਦੀਆਂ ਜਿੱਥੇ ਪਰਿਵਾਰ ਦੀ ਇਕੱਠਤਾ ਹੈਗੀ ਆ ਜਿੱਥੇ ਸ਼ਾਂਤੀ ਹੈਗੀ ਆ ਜਿੱਥੇ ਤੇਰੀ ਮੇਰੀ ਚਾਰ ਨੂੰ ਲੁੱਟ ਕੇ ਖਾ ਲਿਆ ਪੱਤੇ ਵੀ ਨਹੀਂ ਕੰਮ ਆਉਂਦੇ ਉੱਥੇ ਉੱਥੇ ਜੰਗਲ ਵੀ ਵਹਿੰਦੇ ਹਾਰ ਕੇ ਥੱਕ ਕੇ ਨਹੀਂ ਜਿਹੜਾ ਦਰਖਤ ਸੁੱਕਣ ਲੱਗ ਪੈਂਦੇ ਆ ਜਦੋਂ ਰਹਿਮਤ ਹੁੰਦੀ ਪਰਮਾਤਮਾ ਸੁੱਕੇ ਹਰੇ ਹੋਣ ਲੱਗ ਪੈਂਦੇ ਆ ਭੈਣਾਂ ਰੋਂਦੀਆਂ ਵੀਰਾਂ ਨੂੰ ਮਾਮਾ ਰੋਂਦੀਆਂ ਪੁੱਤਾਂ ਨੂੰ ਜੰਗਲ ਕਰਨ ਵਾਲੇ ਜਿੱਥੇ ਸੁੱਕੇ ਹਰੇ ਹੁੰਦੇ ਰੁੱਖ ਐਵੇਂ ਨਹੀਂ ਜੋ ਕਿ ਬੈਠਾ ਜੰਗਲਾਂ ਦੇ ਮਾਮਾ ਨੂੰ ਬਣਦਾ ਪੁੱਤ ਭੈਣਾਂ ਨੂੰ ਵੀਰ ਕਢਾਉਂਦਾ ਏ ਜਿਹਨਾਂ ਮਨ 'ਚ ਤੋਂ ਲਾ ਕੇ ਚੌਂਕੀ ਭਰ ਲਈ ਜੋ ਕਿ ਉਹਨੂੰ ਖੁਸ਼ੀਆਂ ਪਾਉਂਦਾ ਏ ਮਨ ਤੋਂ ਭੁੱਲਦਾ ਨਹੀਂ ਬਾਅਦ ਵਿੱਚ ਕਰਮਾਂ ਤੋਂ ਜਿੱਤਿਆ ਜੋ ਕਹਿੰਦਾ ਬਾਜੀ ਮੇਰੀ ਮੈਂ ਕਰਮਾਂ ਦਾ ਹੋ ਗਿਆ ਕਰਮ ਅੱਗੇ ਹੱਥ ਸੁਣਾਉਂਦੇ ਆ ਤੇਰੇ ਵਰਗੇ ਲੱਖਾਂ 'ਚੋਂ ਮੇਰੇ ਵਿੱਚ ਕਹਿੰਦਾ ਖੋ ਗਿਆ ਕਰਮ ਵੀ ਬੋਲ ਕੇ ਉਹਦਾ ਕਹਿੰਦਾ ਤੇਰੇ ਵਰਗੇ ਲੱਖਾਂ 'ਚੋਂ ਕਹਿੰਦਾ ਮੇਰੇ ਵਿੱਚ ਖੋ ਜਾਂਦੇ ਆ ਕਹਿੰਦਾ ਕਿੰਨੇ ਕੁ ਦਿਨ ਤੈਰਨਾ ਕਹਿੰਦਾ ਹੁਣ ਸਦਾ ਬਣ ਕੇ ਰਹੂੰਗਾ ਤੇਰਾ ਜਿਹੜਾ ਬਾਬਾ ਜੀ ਦਾ ਮਨ ਤੋਂ ਹੋ ਜਾਂਦਾ ਸੰਗਤਾਂ ਵਿੱਚ ਆ ਕੇ ਬਹਿ ਜਾਂਦਾ ਬਾਬਾ ਜੀ ਨੂੰ ਕਦੀ ਵੀ ਅਗਨੋਜ ਕਰਦੇ ਉਹਨੂੰ ਆਪਣੀ ਨਜ਼ਰਾਂ ਵਿੱਚ ਰੱਖ ਕੇ ਅੱਗੇ ਵਧਾਉਂਦੇ ਆ ਹਮੇਸ਼ਾ ਹੀ ਬਹੁਤ ਦੇਖੇ ਅਸੀਂ ਜਿਹੜੇ ਕੱਖਾਂ ਤੋਂ ਲੱਖਾਂ ਦੇ ਹੋਏ ਆ ਚਾਹੇ ਇੱਥੇ ਹੈਗੇ ਚਾਹੇ ਨਹੀਂ ਹੈਗੇ ਪਰ ਬਾਬਾ ਜੀ ਨੇ ਕੀਤੇ ਆ ਉਹਨਾਂ ਦੀ ਜ਼ਿੰਦਗੀ ਦੇ ਅਲਾਮੇ ਲਾਤੇ ਬਾਬਾ ਜੀ ਨੇ ਇੱਥੇ ਵੀ ਇੰਡੀਆ ਵਿੱਚ ਵੀ ਉੱਥੇ ਨੂੰ ਕੋਈ ਬੰਦਾ ਮਿਲਿਆ ਸੀ ਹੁਣ ਬਹੁਤ ਦੂਰ ਤੋਂ ਆਇਆ ਸੀ ਸਾਨੂੰ ਪਤਾ ਨਹੀਂ ਉਹਦਾ ਘਰ ਕਦੋਂ ਗਿਆ ਸੀ ਉਹਦੇ ਤਿੰਨ ਮੁੰਡਿਆਂ ਨੇ ਇਕੱਠਿਆਂ ਨੇ ਜਾਂ ਮਿਲਿਆ ਤਿੰਨਾਂ ਨੇ ਉਹ ਸਾਨੂੰ ਆ ਕੇ ਦੱਸਿਆ ਕਹਿੰਦਾ ਤੁਸੀਂ ਸੇਵਾ ਕਿਹੜੀ ਲੈਣੀ ਆ ਸਾਡੀ ਇੰਨੀ ਹਿੰਮਤ ਨਹੀਂ ਪਈ ਉਹਨੂੰ ਕਹਿੰਦੇ ਝੜ ਮਾਰਦੇ ਅਸੀਂ ਕਿਹਾ ਨਹੀਂ ਸਾਰੀ ਤੇਰੀ ਸੇਵਾ ਹੀ ਆ ਉਹ ਦੋ ਤਿੰਨ ਜਣੇ ਆਏ ਸੀ ਉਹਨੂੰ ਚਾਹ ਪਾਣੀ ਪਿਲਾ ਕੇ ਆਪਾਂ ਕਹਿ ਤਾਂ ਸੇਵਾ ਤੁਹਾਡੀ ਹੈ ਸਾਰੀ ਇਹ ਕਰਕੇ ਕਈ ਚੀਜ਼ਾਂ ਦਿਨ ਹੁੰਦੇ ਬੰਦਾ ਕਹਿ ਨਹੀਂ ਸਕਦਾ ਜਿਹਨ ਸੇਵਾ ਕਰਨੀ ਉਹ ਤਾਂ ਪੁੱਛਦਾ ਵੀ ਨਹੀਂ ਹੈ ਕਰ ਵੀ ਆਪੇ ਦਿੰਦਾ ਹੁਣ ਜਦੋਂ ਆਪੇ ਇੱਥੇ ਹੁੰਦੇ ਜੀ ਜਦੋਂ ਇੰਡੀਆ ਵਿੱਚ ਉੱਥੇ ਕਿਤੇ ਝਾੜੂ ਮਾਰਨ ਬੰਦਾ ਚਾਹੀਦਾ ਕੋਈ ਕੋਈ ਨਾ ਕੋਈ ਸਫਾਈ ਕਰਨ ਵਾਲਾ ਚਾਹੀਦਾ ਉੱਥੇ ਕਿਨ ਕਰਨੀ ਕਿਸੇ ਨੇ ਕਰਨੀ ਜਦੋਂ ਆਪਾਂ ਜਾਵਾਂਗੇ ਸਾਲ ਪਿੱਛੋਂ ਉਦੋਂ ਇੱਕ ਦਿਨ ਦੀ ਬਜਾਏ ਸਾਡੇ ਦੋ ਤਿੰਨ ਦਿਨ ਵਾਪੂ ਲੱਗਣੇ ਆ ਜਿਹੜੀ ਮੈਂ ਜੰਮੀ ਹੁਣ ਹੌਲੀ ਰਹਿਣਾ ਇਹੀ ਰੱਬ ਦਾ ਨਾਂ ਆ ਜਦੋਂ ਬੰਦਾ ਨਹੀਂ ਲੈਂਦਾ ਉਹਦੇ ਅੰਦਰ ਮੈਲ ਜੰਮ ਜਾਂਦੀ ਹੈ ਜਦੋਂ ਝਾੜੂ ਨਹੀਂ ਮਾਰਦਾ ਉੱਥੇ ਮੈਲ ਜੰਮ ਜਾਂਦੀ ਆ ਜੇ ਆਪਾਂ ਰੱਬ ਦਾ ਨਾਂ ਥੋੜ੍ਹਾ ਰੋਜ਼ ਲਈ ਜਾਂਦੇ ਹਾਂ ਬੇਈਮਾਨੀ ਛੱਡ ਕੇ ਤਾਂ ਅੱਗੇ ਨੂੰ ਵੱਧਦਾ ਮੈਲ ਲੈ ਜਾਂਦੀ ਆ ਬੰਦਾ ਹੱਸਦਾ ਸਾਰਾ ਕੁਛ ਪੈਸਾ ਨਹੀਂ ਹੈ ਬਿਨ ਬੁਲਾਇਆ ਬੋਲੇ ਪੈਸਾ ਨਾ ਕਈ ਵਾਰ ਜੋਗੀ ਨੇ ਦੱਸਿਆ ਕਹਿੰਦਾ ਤੂੰ ਐਸਾ ਕੈਸਾ ਵੈਸਾ ਨਾ ਕਹਿੰਦਾ ਜੇ ਤੂੰ ਮੇਰਾ ਹੋ ਗਿਆ ਮੈਂ ਵੀ ਤੇਰਾ ਹੋ ਗਿਆ ਮੌਜਾਂ ਵਿੱਚ ਰਹਿ ਕੇ ਤੇਰੇ ਨਾਲ ਪਿਆਰ ਵਿੱਚ ਖੋ ਗਿਆ ਇੱਕ ਰੱਸੇ ਦੇ ਬੰਧਨ ਵਿੱਚ
मैं भी खो गया आके घर बिच तेरे पिंड मुसफर रो पिया संगतां दा दर्शन आया मैं कहना बनाउण लई तेरा हो गया घर अपना गुप्पा वाले तारी मैनू मैं ता तेरा हो गया गुप्पा वाले तारी मैनू मैं ता तेरा हो गया गुप्पा वाले तारी मैनू मैं ता तेरा हो गया गुप्पा वाले तारी मैनू मैं ता तेरा हो गया पछोड़ी मैनू मैं ता तेरा हो गया ढोल बजावा सेवा दे विच लावा सेवा
ਪੌੜਿਆ ਤਾਰੀ ਮੈਨੂੰ ਜੀ ਮੈਂ ਤੇਰਾ ਹੋ ਗਿਆ ਵਾਲੇ ਦੇ ਵਜੀਰ ਜਿੱਥੇ ਨੱਚਦੇ ਸਾਰੇ ਅੱਜ ਮੋਜਾ ਨਾਮ ਦੇ ਵਾਲੇ
ਡੋਲੀਆਂ ਵਜਾਈਆਂ ਖਾਲੀ ਖੈਰਾ ਮੈਂ ਤੂੰ ਆਵਾਂ ਵੇ ਡੋਲੀਆਂ ਵਜਾਈਆਂ ਖਾਲੀ ਖੈਰਾ ਮੈਂ ਤੂੰ ਆਵਾਂ ਵੇ ਡੋਲੀਆਂ ਵਜਾਈਆਂ ਖਾਲੀ ਖੈਰਾ ਮੈਂ ਤੂੰ ਆਵਾਂ ਵੇ ਰੱਖਦਾ ਜਿਨ੍ਹਾਂ ਨੂੰ ਤਾਰਿਆ ਫੜਵਾਓ ਤੈ ਜੋਗੀ
ਜਿਨ੍ਹਾਂ ਨੂੰ ਤਾਰਿਆ ਗਉ ਬੜਤੈ ਜੋਗੀ ਉਹ ਤਾਂ ਗੁਣ ਜੀਤੇ ਵਾਂਗੂ ਗਾਈ ਰੱਖਦਾ ਉਹ ਤਾਂ ਗੁਣ ਤੇਰੇ ਜੀਤੇ ਵਾਂਗੂ ਗਾਈ ਰੱਖਦਾ ਲੱਖਾਂ ਤੇ ਕਰਮ ਕਮਾਇਆ ਵਾਂਗ ਪੰਜੇ ਜਦ ਢੋਲ ਨੂੰ ਹੱਥ ਲਾਵੇ ਡਗਾ ਖੜਕਾਈ ਰੱਖਦਾ ਜਦ ਮੌਜ ਜੋਗੀ ਜੀ ਆਵੇ ਪੈਰ ਪੈਰ ਤੇ ਕਰਮ ਕਮਾਉਂਦਾ ਪੰਜਾ Tell me.